ਛੋਟੇ ਹੁੰਦੇ ਮੈਂ ਇੱਕ ਰ ਐਪੀਸੋਡ ਇਹ ਦੇਖਦਾ ਹੁੰਦਾ ਸੀ ਕਾਰਟੂਨ ਜੀ ਹੁੰਦੀ ਸੀ ਉਹ ਜਾਦੂ ਦੀ ਛੜੀ ਜੀ ਕਰਕੇ ਉਹ ਜਿਹੜੀ ਗੱਡੀ ਵੱਡੀ ਜੀ ਹੁੰਦੀ ਸੀ ਟਰੈਕਟਰ ਤੇ ਉਹਨੂੰ ਛੋਟਾ ਕਰ ਦਿੰਦਾ ਸੀ ਉਹ ਇਹ ਤੇ ਸਿੱਟਦੇ ਮੈਂ ਇਹ ਅਸਲੀ ਹੈ ਮਜ਼ਾਕ ਕਰਦੇ ਹੋਗੇ ਵੀ ਕਿਤੇ ਐਂਕਰ ਵੀ ਮਾਰੀ ਜਾਂਦਾ ਅਸਲ ਦੇ ਵਿੱਚ ਹੈ ਇਹ ਤੁਸੀਂ ਜੇ ਕੋਲ ਆਉਂਗੇ ਨਾ ਤਾਂ ਇਹ ਏਡਾ ਕ ਜ਼ਿਆਦਾ ਸੋਹਣਾ ਆਰਟ ਬਣਾਇਆ ਹੈ ਤੇ ਜੇ ਬਣਾਇਆ ਕਿਹੜੇ ਮੁੰਡੇ ਨੇ ਆ ਜੇ ਮੈਂ ਇਹ ਦੱਸਦਾ ਤੇ ਉਹਦੀ ਉਮਰ ਦੱਸਦਾ ਤਾਂ ਤੁਸੀਂ ਇੱਕ ਵਾਰ ਤਾਂ ਮੈਨੂੰ ਗਾਲ੍ਹਾਂ ਕੱਢੋਗੇ ਵੀ ਯਾਰ ਇਹ ਕਿਵੇਂ ਹੋ ਸਕਦਾ ਵੀ ਏਡਾ ਛੋਟਾ ਮੁੰਡਾ ਕਿਵੇਂ ਬਣਾ ਸਕਦਾ ਇਹ ਚੀਜ਼ਾਂ ਨਿੱਕਾ ਹੁੰਦਾ ਸੀਗਾ ਤੇ ਡਰਾਇੰਗ ਦਾ ਬਹੁਤ ਸ਼ੌਂਕ ਹੁੰਦਾ ਸੀ ਮਦਰ ਮੇਰੇ ਸਲਾਈ ਕੜਾਈ ਕਰਦੇ ਸੀਗੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਪੈ ਗਿਆ ਡਰਾਇੰਗ ਦਾ ਤੇ ਫਿਰ ਮੈਂ ਇੱਕ ਦਿਨ ਆਇਰਨ ਮੈਨ ਮੂਵੀ ਦੇਖ ਲਈ ਉਸ ਜੋ ਜਿਹੜਾ ਆਇਰਨ ਮੈਨ ਕੈਰੇਕਟਰ ਹੁੰਦਾ ਉਹ ਸੂਟ ਬਣਾਉਂਦਾ ਆਪਣੇ ਲਈ ਹਾਂ ਆਇਰਨ ਦਾ ਤੇ ਫਿਰ ਮੈਂ ਉਹ ਕੱਟ ਕੱਟ ਕੇ ਜੋੜਨ ਲੱਗ ਗਿਆ ਤੇ ਉਹ ਸੂਟ ਤਾਂ ਨਹੀਂ ਬਣਿਆ ਫਿਰ ਮੈਂ ਇਧਰ ਗੱਡੀਆਂ ਕਾਰਾਂ ਵੇਖ ਲਈਆਂ ਮੈਨੂੰ ਫਿਰ ਇੰਟਰਸਟ ਹੁੰਦਾ ਕਿਉਂਕਿ ਨਿੱਕਾ ਹੁੰਦਾ ਖੇਡਦਾ ਹੁੰਦਾ ਸੀ ਉਹਨਾਂ ਨਾਲ ਫਿਰ ਮੈਂ ਕਹਿ ਲਿਆ ਮੇਰੀ ਨੀਡ ਪੂਰੀ ਕਰ ਸਕਦੀ ਐ ਮੈਂ ਖੇਡ ਸਕਦੇ ਨੇ ਇਹਨਾਂ ਨਾਲ ਫਿਰ ਮੈਂ ਬਣਾ ਕੇ ਇਹਨਾਂ ਆ ਬਾਈ ਕਹਿ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ক্লোਜ਼ ਅਪ ਲਾਓ ਇਹਨਾਂ ਦਾ ਵੀ ਕਿੰਨੀ ਕੁ ਜ਼ਿਆਦਾ ਛੋਟੀ ਹੈ ਮਹਿਜ਼ ਮੇਰੇ ਖਿਆਲ ਨਾਲ 1 1 ਇੰਚ ਦੀ ਕਿੰਨੀ ਦੀ 1.5 ਇੰਚ ਦੀ ਹੋਊਗੀ ਇਹ ਇਹ ਬਹੁਤ ਛੋਟੀ ਹੈ ਜਿਹੜੀ ਬਾਈਕ ਬਣੀ ਹੋਈ ਹੈ ਇਸ ਟਾਈਮ ਬਾਈ ਇਹ ਬਣਾਈ ਕਿਹੜੇ ਚੀਜ਼ ਤਾਂ ਬਣੀ ਹੋਈ ਹੈ ਇਹ ਕਾਗਜ਼ ਦੀ ਬਣੀ ਹੋਈ ਹੈ ਜੀ ਡਰਾਇੰਗ ਸ਼ੀਟ ਹੁੰਦੀ ਆ ਵਾਟਰ ਕਲਰ ਆਸਤੇ ਯੂਜ਼ ਕਰਦੇ ਆ ਅੱਛਾ ਤੇ ਉਹ ਮੈਂ ਯੂਜ਼ ਕਰਦੇ ਡਰਾਇੰਗ ਬਣਾਉਣ ਲਈ ਫਿਰ ਉਹਦੇ ਤੋਂ ਕੱਟ-ਕੱਟ ਕੇ ਮੈਂ ਇਹ ਚੀਜ਼ਾਂ ਬਣਾਉਣ ਲੱਗਿਆ ਤੇ ਜਿਹੜੇ ਆ ਜਿਵੇਂ ਟਾਇਰ ਨੇ ਇਹ 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 ਕੁਝ ਅਲੱਗ ਚੀਜ਼ ਨਾ ਬਣੇ ਕਿ ਇਹ ਵੀ ਪੇਪਰ ਦੀ ਬਣੀ ਇਹ ਵੀ ਪੇ ਹਰਾਨ ਕਰਨ ਵਾਲੀ ਗੱਲ ਦੱਸਾਂ ਕਿ ਸਾਲ ਹੋਇਆ ਹਜੇ ਘਰ ਦੇ ਵਿੱਚ ਲਾਈਟ ਆਈ ਹੈ ਸਾਲ ਪਹਿਲਾਂ ਮੀਟਰ ਲੱਗਿਆ ਕਹਿੰਦੇ ਇਸ ਘਰ ਦੇ ਵਿੱਚ ਤੇ ਬਾਈ ਰਾਤ ਨੂੰ ਉਹ ਜਿਹੜੀਆਂ ਹੁੰਦੇ ਨੇ ਆਪਣਾ ਬਲਬ ਹੁੰਦੇ ਨੇ ਬਲਵਾਂ ਦੇ ਨਾਲ ਕੀ ਹੁੰਦੇ ਉਹ ਲਾਈਟ ਜੀ ਲੈ ਕੇ ਤੁਸੀਂ ਵਾਲਦੇ ਹੁੰਦੇ ਸੀ ਹਾਂ ਉਹਦੇ ਤੇ ਹੀ ਕਰਦੇ ਰਹੇ ਸਾਰਾ ਹਾਂਜੀ ਪਰ ਔਖਾ ਨਹੀਂ ਸੀ ਲੱਗਿਆ ਔਖਾ ਸੀਗਾ ਬਸ ਫਿਰ ਜੀ ਕਰਦਾ ਸੀ ਬਣਾਉਣ ਨੂੰ ਮਨ ਨਹੀਂ ਹਟਦਾ ਸੀ ਇਧਰੋਂ ਅੱਛਾ ਉਹ ਸੈਟੀਸਫੈਕਸ਼ਨ ਨਹੀਂ ਹੁੰਦੀ ਸੀ ਜਿੰਨਾ ਟਾਈਮ ਨਾ ਬਣਾਵੇ ਮੈਂ ਸੁਣਿਆ ਕਿ ਇਹ ਬਸ ਕਮਰਾ ਬੰਦ ਕਰਕੇ ਅੰਦਰ ਹੀ ਵੜ ਜਾਂਦਾ ਫੇਰ ਕੁਝ ਬਣਾ ਕੇ ਬਾਹਰ ਨਿਕਲ ਹਾਂਜੀ ਹਾਂਜੀ ਕਿੰਨੀ ਗਰਮੀ ਹੋਈ ਜਾਵੇ ਮੂੜਖ ਮੂੜ ਕੇ ਹੋ ਜੂਨੇ ਬਣਾ ਕੇ ਫੇਰ ਹਟਣਾ ਨਹੀਂ ਅਸੀਂ ਲੜਦੇ ਵੀ ਹੁੰਦੇ ਤੂੰ ਗਰਮੀ ਆ ਬਾਹਰ ਆ ਜਾ ਇਹਨੇ ਕਹਿੰਦਾ ਜੀ ਤੁਹਾਨੂੰ ਗਰਮੀ ਲੱਗਦੀ ਮੈਨੂੰ ਨਹੀਂ ਲੱਗਦੀ ਮੀਟਰ ਵੀ ਤੁਸੀਂ ਸਾਲਕ ਪਹਿਲਾਂ ਹੋਇਆ ਫੇਰ ਲਾਇਆ ਹਾਂਜੀ ਹਾਂਜੀ ਮੀਟਰ ਦੇ ਇੱਕੋ ਸਾਲ ਹੋਇਆ ਆਪਣੀ ਲੈਟ ਆਈ ਨੂੰ ਓਏ ਹੋਏ ਹਾਂਜੀ ਉਹ ਬੈਟਰੀ ਸੀ ਟਰੈਕਟਰੇ ਲਾ ਕੇ ਰੱਖਤੀ ਮੈਂ ਉਹ ਬੈਟਰੀ ਤੋਂ ਹਰ ਬਾਰ ਬਲਾ ਲਾ ਕੇ ਨੇ ਆਪਦੇ ਬਣਾ ਕੇ ਆਪ ਹੀ ਲਾ ਕੇ ਉਹ ਵਾਲਵ ਤੋਂ ਹੀ ਬਣਾ ਲਿਆ ਹਾਂਜੀ ਵਾਲਵ ਤੋਂ ਹੀ ਬਣਾਇਆ ਉਹਦੇ ਚਾਲਣੇ ਦੀ ਬੈੜ ਬੈੜ ਕੇ ਹਾਂਜੀ ਹਾਂਜੀ ਉਹ ਬਣਾ ਕੇ ਆਫ ਇਹਨੇ ਲੈਟ ਇਥੇ ਪਈ ਹੁਣ ਦਿਖਾ ਦੇਣਾ ਸਾਨੂੰ ਗੱਡੀ ਨੂੰ ਪਤਾ ਨਹੀਂ ਕਿੱਥੋਂ ਤੇ ਆਈ ਉਹ ਲਿਆ ਕੇ ਤੇ ਲਾ ਕੇ ਤੇ ਫਿਰ ਉਹਨਾਂ ਉੱਤੇ ਟੂਕ ਲਾ ਲੈਣੀ ਟੂਖੜੀ ਕਰਕੇ ਬਣਾਈ ਜਾਣੀਆਂ ਇਹ ਜੀ ਸੀ ਬੀ ਬਣਾਈ ਹੈ ਅੱਛਾ ਇਹ ਉਹੀ ਤਾਂ ਨਹੀਂ ਜੀ ਸੀ ਬੀ ਜਿਹੜੀ ਇੱਥੇ ਆਈ ਸੀ ਉਹੀ ਦੇਖ ਕੇ ਬਣਾਈ ਹਾਂਜੀ ਉਹੀ ਹੈ ਇਹ ਉਹੀ ਮਾਡਲ ਹੈ ਹਾਂਜੀ ਉਹੀ ਕੀ ਬਾਤ ਹੈ ਅੱਛਾ ਇਹ ਇਹਨੂੰ ਬਣਾਏ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਏ ਜੀ ਮੈਂ 2017 ਚ ਬਣਾਈ ਸੀ। ਅੱਛਾ ਆ ਮੂਵ ਕਰਕੇ ਦਿਖਾਓ ਮੜੇ ਉੱਪਰ ਵਾਲੇ ਜਿਹੜਾ ਸਾਰੀ ਚੀਜ਼ਾਂ ਨੇ। ਆ ਦੇਖੋ। ਦਰਸ਼ਕੋ ਜਿਹੜੀ ਕੱਲੀ ਕੱਲੀ ਚੀਜ਼ ਆ ਨਾ ਆਮ ਜਿਹੜੀ ਕਹ ਦਿੰਨੇ ਆ ਆਪਾਂ ਤੇ ਸਰਕੂਲਰ ਵੀ ਮੋਸ਼ਨ ਜਿਹੜਾ ਆ ਉਹ ਸਰਕੂਲਰ ਮੋਸ਼ਨ ਵੀ ਘੁੰਮ ਰਹੀ ਆ ਮਸ਼ੀਨ ਤੇ ਉੱਪਰੋਂ ਜਿਹੜੀ ਇਹਦੀ ਫਰੰਟ ਆਰਮ ਹੈ ਉਹ ਵੀ ਜਿਹੜੀ ਆ ਮੂਵਿੰਗ ਹੈ। ਇਹ ਇਹ ਵੀਰੇ ਦੀ ਹੀ ਬਣਾਈਆਂ ਹੋਈਆਂ ਉਹ ਤਸਵੀਰਾਂ ਨੇ। ਆ ਕਦੋਂ ਸਭ ਤੋਂ ਪਹਿਲਾਂ ਸ਼ੁਰੂਆਤ ਕਿਹੜੀ ਤਸਵੀਰ ਤੋਂ ਹੋਈ ਸੀ ਇਹ ਮੈਨੂੰ ਇਹ ਜ਼ਰੂਰ ਦੱਸੋ ਆ ਕਦੋਂ ਬਣਾਈ ਸੀ ਤਸਵੀਰਾਂ ਇਹ ਜੀ ਮੈਂ 2022 ਚ ਬਣਾਈ ਸੀ ਅੱਛਾ ਇਸੇ ਸਾਲ ਬਣਾਈ ਸੀ ਹਾਂਜੀ ਹੁਣ ਜੀ ਕੀ ਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ న్యూਸ ਦੇਖ ਰਹੇ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਕਹਿੰਦੇ ਹੋਵੋਗੇ ਵੀ ਆਹ ਸਕਰੀਨ ਤੇ ਮੁੰਡਾ ਕਿਉਂ ਨਹੀਂ ਆ ਰਿਹਾ ਟਰੈਕਟਰ ਤੇ ਜੀਪ ਕਿਉਂ ਆਈ ਜਾਂਦੀ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਤੇ ਹੀ ਗੌਰ ਕਰ ਲਓ ਇਹ ਜੀਪ ਤੇ ਟਰੈਕਟਰ ਕਹਿੰਦੇ ਇੰਨਾ ਕੁ ਛੋਟਾ ਕਰਤਾ ਉਹ ਛੋਟੇ ਹੁੰਦੇ ਮੈਂ ਇੱਕ ਨਾ ਐਪੀਸੋਡ ਇਹ ਦੇਖਦਾ ਹੁੰਦਾ ਸੀ 카ਰਟੂਨ ਜੀ ਹੁੰਦੀ ਸੀ ਉਹ ਜਾਦੂ ਦੀ ਛੜੀ ਇਹ ਕਰਕੇ ਉਹ ਜਿਹੜੀ ਗੱਡੀ ਵੱਡੀ ਜੀ ਹੁੰਦੀ ਸੀ ਟਰੈਕਟਰ ਤੇ ਉਹਨੂੰ ਛੋਟਾ ਕਰ ਦਿੰਦਾ ਸੀ ਉਹ ਇਹ ਤੇ ਸਿੱਟਦੇ ਮੈਂ ਇਹ ਅਸ ਦਾ ਇਹ ਏਡਾ ਕ ਜਿਆਦਾ ਸੋਹਣਾ ਆਰਟ ਬਣਾਇਆ ਆ ਤੇ ਜੇ ਬਣਾਇਆ ਕਿਹੜੇ ਮੁੰਡੇ ਨੇ ਆ ਜੇ ਮੈਂ ਇਹ ਦੱਸਦਾ ਤੇ ਉਹਦੀ ਉਮਰ ਦੱਸਦਾ ਤਾਂ ਤੁਸੀਂ ਇੱਕ ਵਾਰ ਤਾਂ ਮੈਨੂੰ ਗਾਲਾਂ ਕੱਢੋਂਗੇ ਵੀ ਯਾਰ ਇਹ ਕਿਵੇਂ ਹੋ ਸਕਦਾ ਵੀ ਏਡਾ ਛੋਟਾ ਮੁੰਡਾ ਕਿਵੇਂ ਬਣਾ ਸਕਦਾ ਇਹ ਚੀਜ਼ਾਂ ਪਰ ਇੱਕ ਹੋਰ ਮੈਂ ਕਹਿ ਸਕਦਾ ਤਰਾਸ ਦੀ ਐ ਪੰਜਾਬ ਦੀ ਕਹਿ ਲਈਏ ਜਾਂ ਸਾਡੇ ਸਮਾਜ ਦੀ ਕਹਿ ਲਈਏ ਜਦ ਵੀ ਕਲਾਕਾਰ ਜਾਂ ਕੋਈ ਵੀ ਟੈਲੈਂਟ ਆਪਣੇ ਸਮਾਜ ਦੇ ਵਿੱਚ ਪੈਦਾ ਹੁੰਦਾ ਆ ਨਾ ਤਾਂ ਉਸ ਨੂੰ ਅਕਸਰ ਪਹਿਲਾਂ ਠੇਡੇ ਵਜੇਦੇ ਰਹਿੰਦੇ ਨੇ ਜਦ ਚਾਰਕ ਲੋਕ ਐਪਰੀਸ਼ੀਏਟ ਕਰਨ ਵਾਲੇ ਉਹਨੂੰ ਸਰਾਉਣ ਵਾਲੇ ਮਿਲ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਵਰਗੇ ਟੀਵੀ ਚੈਨਲ ਵਾਲੇ ਭੱਜੇ ਭੱਜੇ ਅੱਗੇ ਪਿੱਛੇ ਫਿਰਦੇ ਹੁੰਦੇ ਨੇ ਅੱਜ ਮੈਂ ਤੁਹਾਨੂੰ ਜਸ਼ਨ ਨਾਲ ਮੁਲਾਕਾਤ ਕਰਾਉਂਗਾ ਪਿੰਡ ਕੰਡੇਆਲ ਜ਼ਿਲ੍ਹਾ ਮੋਗਾ ਇਹ ਜਿਹੜਾ ਤੁਸੀਂ ਜੀਪ ਤੇ ਟਰੈਕਟਰ ਦਾ ਮਾਡਲ ਦੇਖ ਰਹੇ ਹੋ ਇਹ ਵੀਰੇ ਨੇ ਪੇਪਰ ਦੇ ਨਾਲ ਬਣਾਇਆ ਮੈਂ ਵੀਰੇ ਨੂੰ ਪੇਪਰ ਆਰਟਿਸਟ ਕਹਿ ਲਵਾਂ ਸਕੈਚ ਆਰਟਿਸਟ ਕਹਿ ਲਵਾਂ ਕਿਉਂਕਿ ਵੀਰੇ ਦੇ ਹੱਥਾਂ ਦੇ ਵਿੱਚ ਕਲਾ ਬਹੁਤ ਹੈ ਤੇ ਉਮਰ ਹਜੇ ਸਿਰਫ 11ਵੀਂ ਕਲਾਸ 'ਚ ਪੜਦਾ ਹੈ ਤੇ ਆਹ ਟੈਲੈਂਟ ਵੇਖੋ ਹਰ ਇੱਕ ਚੀਜ਼ ਮੈਨੂੰ ਲੱਗਦਾ ਹੈ ਬਾਈ ਜੇ ਰਾਤ ਨੂੰ ਸੁਪਨਾ ਵੇਖਦਾ ਹੋਊਗਾ ਵੀ ਸਵੇਰੇ ਗੱਡੀ ਲੈਣੀ ਹੈ ਕਹਿੰਦੇ ਇੱਥੇ ਕਿਹੜਾ ਇੱਕ ਜੀਸੀਬੀ ਲੱਗ ਗਈ ਜੀਸੀਬੀ ਮਸ਼ੀਨ ਨੂੰ ਦੇਖ ਕੇ ਜੀਸੀਬੀ ਬਣਾਤੀ ਪਤੰਦਰ ਨੇ ਆਹ ਕੋਲੇ ਹੈ ਜਿਸ਼ਨਾ ਫੜ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਸਤਿ ਸ਼੍ਰੀ ਅਕਾਲ ਸਿਹਤ ਕਿਵੇਂ ਥੋਡੀ ਬਹੁਤ ਵਧੀਆ ਹੈ ਚੜਦੀ ਕਲਾ ਹਾਂਜੀ ਚੰਗਾ ਮੇਰੀ ਮੇਰੀ ਇੱਕ ਗੱਲ ਦੱਸ ਆਪਣੇ ਦਰਸ਼ਕਾਂ ਨੂੰ ਆਪਣੀ ਨਾ ਉਮਰ ਦੱਸ ਥੋਡੀ ਉਮਰ ਕਿੰਨੀ ਹੈ ਮੇਰੀ ਉਮਰ 16 ਸਾਲ ਹੈ 16 ਸਾਲ ਦੀ ਉਮਰ ਹੈ ਹਾਂਜੀ ਅੱਛਾ ਤੁਸੀਂ ਫਿਰ ਆ ਤੁਹਾਨੂੰ ਸ਼ੌਕ ਕਿਵੇਂ ਪਿਆ ਮੈਨੂੰ ਤਾਂ ਹੈਰਾਨ ਹੁੰਦੀ ਆ ਆ ਇੰਨਾ ਪਹਿਲਾਂ ਤੁਸੀਂ ਥੱਲੇ ਕੱਟ ਕੀਤਾ ਪਿਆ ਮੈਨੂੰ ਲੱਗਦਾ ਲੁਧਿਆਣੇ ਦਾ ਅੱਧਾ ਬਾਜ਼ਾਰ ਤਾਂ ਤੁਸੀਂ ਇਕੱਠਾ ਕਰ ਲਿਆ ਓਰੇ ਹਾਂਜੀ ਇਹ ਕਦੋਂ ਕਰ ਤੋਂ ਸ਼ੁਰੂ ਕੀਤਾ ਸੀ ਬਣਾਉਣਾ ਇਹ ਇਹ ਜੀ ਮੈਂ 2016-17 ਤੋਂ ਸਟਾਰਟ ਕੀਤਾ ਸੀਗਾ 2016-17 ਤੋਂ ਹਾਂਜੀ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਜਸ਼ਨ ਵੀ ਹੁਣ ਤਾਂ ਯਾਰ ਵੀ ਕੁਝ ਕਰਨਾ ਹੈ ਵੀ ਹੁਣ ਆਪਾਂ ਆਹੀ ਬਣਾਉਨੇ ਆ ਚੱਲ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਹਾਡੇ ਫਿਰ ਏ ਜੀ ਮੈਂ ਨਿੱਕਾ ਹੁੰਦਾ ਸੀਗਾ ਤੇ ਡਰਾਇੰਗ ਦਾ ਬਹੁਤ ਸ਼ੌਂਕ ਹੁੰਦਾ ਸੀ ਮਦਰ ਮੇਰੇ ਸਲਾਈ ਕੜਾਈ ਕਰਦੇ ਸੀਗੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਪੈ ਗਿਆ ਡਰਾਇੰਗ ਦਾ ਤੇ ਫਿਰ ਮੈਂ ਇੱਕ ਦਿਨ ਆਇਰਨ ਮੈਨ ਮੂਵੀ ਦੇਖ ਲਈ ਉਸ ਜੋ ਜਿਹੜਾ ਆਇਰਨ ਮੈਨ ਕਰੈਕਟਰ ਹੁੰਦਾ ਉਹ ਸੂਟ ਬਣਾਉਂਦਾ ਆਪਣੇ ਲਈ ਹਾਂ ਆਇਰੰਦਾ ਤੇ ਫਿਰ ਮੈਂ ਉਹ ਕੱਟ ਕੱਟ ਕੇ ਜੋੜਨ ਲੱਗ ਗਿਆ ਤੇ ਉਹ ਸੂਟ ਤਾਂ ਨਹੀਂ ਬਣਿਆ ਫਿਰ ਮੈਂ ਇਧਰ ਗੱਡੀਆਂ ਕਾਰਾਂ ਵੇਖ ਲਈਆਂ ਮੈਨੂੰ ਫਿਰ ਇੰਟਰਸਟ ਹੁੰਦਾ ਕਿਉਂਕਿ ਨਿੱਕਾ ਹੁੰਦਾ ਖੇਡਦਾ ਹੁੰਦਾ ਸੀ ਉਹਨਾਂ ਨਾਲ ਫਿਰ ਮੈਂ ਕਹਿੰ ਗਿਆ ਮੇਰੀ ਨੀਡ ਪੂਰੀ ਕਰ ਸਕਦੇ ਆ ਮੈਂ ਖੇਡ ਸਕਦੇ ਨੇ ਫਿਰ ਮੈਂ ਬਣਾ ਕੇ ਉਹਨਾਂ ਨਾਲ ਖੇਡਣ ਲੱਗ ਗਿਆ ਅੱਛਾ ਕਰਦਿਆ ਤਾਂ ਡਿਮਾਂਡ ਨਹੀਂ ਕਰੀ ਖੜਾਉਣੇ ਦੀ ਤੁਸੀਂ ਆਪ ਹੀ ਬਣਾ ਬਣਾ ਖੇਡਣ ਲੱਗੇ ਹਾਂਜੀ ਹਾਂਜੀ ਇਹ ਵੀ ਠੀਕ ਹੈ ਮੇਰੇ ਵਰਗਾ ਉਹੀ ਕਹਿੰਦਾ ਤੇ ਸਿਰ ਮਾਰਦਾ ਫਿਰਦਾ ਹੁੰਦਾ ਸੀ ਮੈਨੂੰ ਤਾਂ ਟਰੈਕਟਰ ਲਿਆ ਕੇ ਦੋ ਪਰ ਬਾਈ ਨੇ ਆਪ ਹੀ ਆਪਣੇ ਸ਼ੌਂਕ ਪੂਰੀ ਕੀਤੇ ਨੇ ਅੱਛਾ ਸਭ ਤੋਂ ਸਭ ਤੋਂ ਪਹਿਲਾਂ ਹੀ ਪੁਰਾਣੀਆਂ ਚੀਜ਼ਾਂ ਕਿਹੜੀਆਂ ਨੇ ਇਹਨਾਂ ਚੋਂ ਪੁਰਾਣੀਆਂ ਆਹ ਜੀ ਅੱਛਾ ਆ ਸ਼ੁਰੂਆਤੀ ਤੇ ਬਣਾਈ ਹੋਈਆਂ ਨੇ ਇਹ ਸਾਰੀਆਂ ਹਾਂਜੀ ਕੀ ਬਾਤ ਹੈ ਦਰਸ਼ਕੋ ਤੁਸੀਂ ਪਹਿਲਾਂ ਨਾ ਇੱਧਰ ਚਾਤ ਮਾਰੋ ਇੱਥੇ ਕੱਲੀ-ਕੱਲੀ ਚੀਜ਼ ਨਾ ਬੜੀ ਸੋਹਣੀ ਹੈ ਕਿਉਂਕਿ ਚੀਜ਼ਾਂ ਬਹੁਤ ਜ਼ਿਆਦਾ ਨੇ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਸੀ ਸਾਡੇ ਵਾਸਤੇ ਵੀ ਆ ਜੀਪ ਸ਼ੁਰੂਆਤ ਦੇ ਵਿੱਚ ਮੈਂ ਦਿਖਾਤੀ ਤੇ ਇਧਰਲੀ ਸਾਈਡ ਤੁਹਾਨੂੰ ਮੈਂ ਬਾਈਕ ਦਾ ਮਾਡਲ ਦਿਖਾਉਣਾ ਜਸ਼ਨਾ ਇੱਕ ਵਾਰ ਹੱਥ ਚ ਫੜੋ ਆਪਣੇ ਆਹ ਬਾਈਕ ਹੈ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਲੋਜ਼ ਅਪ ਲਾਓ ਇਹਨਾਂ ਦਾ ਵੀ ਕਿੰਨੀ ਕੁ ਜ਼ਿਆਦਾ ਛੋਟੀ ਹੈ ਮਹਿਜ਼ ਮੇਰੇ ਖਿਆਲ ਨਾਲ ਇੱਕ ਇੱਕ 1 ਇੰਚ ਦੀ ਕਿੰਨੀ ਦੀ 1.5 ਇੰਚ ਦੀ ਹੋਊਗੀ ਇਹ ਇਹ ਬਹੁਤ ਛੋਟੀ ਹੈ ਜਿਹੜੀ ਬਾਈਕ ਬਣੀ ਹੋਈ ਹੈ ਇਸ ਟਾਈਮ ਭਾਈ ਇਹ ਬਣਾਈ ਕਿਹੜੇ ਚੀਜ਼ ਤਾਂ ਬਣੀ ਹੋਈ ਹੈ ਇਹ ਇਹ ਕਾਗਜ਼ ਦੀ ਬਣੀ ਹੋਈ ਹੈ ਜੀ ਡਰਾਇੰਗ ਸ਼ੀਟ ਹੁੰਦੀ ਆ ਵਾਟਰ ਕਲਰ ਆਸ ਤੇ ਯੂਜ਼ ਕਰਦੇ ਆ ਅੱਛਾ ਤੇ ਉਹ ਮੈਂ ਯੂਜ਼ ਕਰਦੇ ਡਰਾਇੰਗ ਬਣਾਉਣ ਲਈ ਫਿਰ ਉਹਦੇ ਤੋਂ ਹੀ ਕੱਟ-ਕੱਟ ਕੇ ਮੈਂ ਇਹ ਚੀਜ਼ਾਂ ਬਣਾਉਣ ਲੱਗਿਆ ਤੇ ਫਿਰ ਜਿਹੜੀ ਆ ਜਿਵੇਂ ਟਾਇਰ ਨੇ ਇਹ 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 ਕੁਝ ਅਲੱਗ ਚੀਜ਼ ਨਾਲ ਬਣਾਈ ਕਿ ਇਹ ਵੀ ਪੇਪਰ ਦੀ ਬਣੀ ਇਹ ਵੀ ਪੇਪਰ ਦੇ ਹੀ ਆਏ ਕੀ ਬਾਤ ਹੈ ਯਾਰ ਆ ਜਿਵੇਂ ਹੁਣ ਹੈਂਡ ਆ ਹੈਂਡਲ ਨੇ ਹਾਂਜੀ ਇਹ ਹੈਂਡਲ ਇਹ ਹੈਂਡਲ ਫਿਰ ਕਰ ਇਹ ਵੀ ਪੇਪਰ ਦੀ ਨੇ ਹਾਂਜੀ ਇਹ ਜਿਹੜਾ ਕਾਪੀ ਦੇ ਵਿੱਚ ਪੇਪਰ ਹੁੰਦਾ ਹੁੰਦੇ ਆ ਫਿਰ ਜਿਵੇਂ ਇੰਨੀ ਬਰੀਕ ਚੀਜ਼ ਐ ਨਿਗਾ ਬਹੁਤ ਲੱਗਦੀ ਹੋਊਗੀ ਨਿਗਾ ਫਿਰ ਨਿਗਾ ਚ ਫਰਕ ਪਿਆ ਸੀ ਕਿ ਮੈਂ ਮੈਂ ਸੁਣਿਆ ਵੀ ਐਨਕ ਲੱਗੀ ਸੀ ਪਹਿਲਾਂ ਹਾਂਜੀ ਸਪੈਕਸ ਲੱਗੀਆਂ ਰਹੀਆਂ ਇਹ ਮੇਰੇ 6-7 ਮਹੀਨੇ ਅੱਛਾ ਤੇ ਫਿਰ ਡਰਾਈ ਫਰੂਟ ਲੈ ਉਹਨਾਂ ਨਾਲ ਕੰਪਲੀਟ ਹੋ ਗਈ ਸੀ ਸੈਟ ਹੋ ਗਿਆ। ਹਾਂਜੀ। ਅੱਛਾ ਜਦ ਹੁਣ ਸਕੂਲ ਚ ਜਾਣਾ ਹੈ। ਸਕੂਲ ਚ ਤਾਂ ਫਿਰ ਤੇਰੀਆਂ ਮੈਡਮਾਂ ਹੀ ਬੜੀਆਂ ਕਹਿੰਦੀਆਂ ਹੋਣਗੀਆਂ ਵੀ ਸਾਨੂੰ ਸਾਡੇ ਸਕੂਲ ਵਾਸਤੇ ਆਹ ਬਣਾ ਕੇ ਦੇ। ਸਾਡੇ ਸਕੂਲ ਵਾਸਤੇ ਆਹ ਬਣਾ ਕੇ ਦੇ। ਮੈਂ ਸੁਣਿਆ ਤੁਸੀਂ ਇੱਕ ਤਾਜਮਹਿਲ ਦਾ ਮਾਡਲ ਤਿਆਰ ਕੀਤਾ ਸੀ ਤੇ ਪ੍ਰਿੰਸੀਪਲ ਸਾਹਿਬ ਤਾਂ ਘਰੇ ਲੈ ਗਏ ਆਪਣੇ ਰਿਟਾਇਰਮੈਂਟ ਤੋਂ ਬਾਅਦ। ਹਾਂਜੀ। ਹਾਂਜੀ। ਉਹਨਾਂ ਨੂੰ ਬਹੁਤ ਵਧੀਆ ਲੱਗਾ ਸੀਗਾ। ਅੱਛਾ। ਉਹ ਕਿੰਨੇ ਟਾਈਮ 'ਚ ਤਿਆਰ ਕੀਤਾ ਸੀ ਤੁਸੀਂ ਸਾਰਾ ਉਹ? ਉਹ 1 ਮਹੀਨਾ ਲੱਗਾ ਸੀ ਬਸ। 1 ਮਹੀਨੇ ਦੇ ਵਿੱਚ। ਹਾਂਜੀ। ਅੱਛਾ ਕੋਈ ਐਸੀ ਚੀਜ਼ ਹੈ ਇੱਥੇ ਜਿਹੜੀ ਤੁਹਾਨੂੰ ਬੜੀ ਔਖੀ ਲੱਗੀ ਬਣਾਉਣ ਦੇ ਵਿੱਚ ਜਿਵੇਂ ਮ ਤੇ ਆ Eiffel Tower ਹੈ ਇਹ ਇਹ ਕਿੰਨੇ ਟਾਈਮ ਚ ਬਣਿਆ ਸੀ ਇਹ ਪੁਰਾਣੋ ਇੱਕ ਦਿਨ ਚ ਬਣ ਗਿਆ ਸੀ ਆਹ ਇੱਕ ਦਿਨ ਚ ਹੀ ਬਣ ਗਿਆ ਹਾਂਜੀ ਕੀ ਬਾਤ ਹੈ ਦੋਸਤ ਤੁਸੀਂ ਮਾਡਲ ਦੇਖੋ ਵੀ ਕੱਲੀ ਕੱਲੀ ਚੀਜ਼ ਜਸ਼ਨ ਦੀ 11 11ਵੀਂ ਕਲਾਸ ਚ ਪੜਦਾ ਹੈ 16 ਸਾਲ ਦੀ ਹਜੇ ਉਮਰ ਹੈ ਤੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਦੱਸਾਂ ਕਿ ਸਾਲ ਹੋਇਆ ਹਜੇ ਘਰ ਦੇ ਵਿੱਚ ਲੇਟ ਆਈ ਹੈ ਸਾਲ ਪਹਿਲਾਂ ਮੀਟਰ ਲੱਗਿਆ ਕਹਿੰਦੇ ਇਸ ਘਰ ਦੇ ਵਿੱਚ ਤੇ 22 ਰਾਤ ਨੂੰ ਉਹ ਜਿਹੜੀਆਂ ਹੁੰਦੇ ਨੇ ਆਪਣਾ ਬੱਲਵ ਹੁੰਦੇ ਨੇ ਬਲਵਾਂ ਦੇ ਨਾਲ ਕੀ ਹੁੰਦੇ ਉਹ ਲੈਂਟ ਜੀ ਲੈ ਕੇ ਤੁਸੀਂ ਵਾਲਦੇ ਹੁੰਦੇ ਸੀ ਹੈ ਉਹਦੇ ਤੇ ਹੀ ਕਰਦੇ ਰਹੇ ਸਾਰਾ ਫਿਰ ਹਾਂਜੀ ਰੋੱਖਾ ਨਹੀਂ ਸੀ ਲੱਗਿਆ ਅੱਖਾਂ ਸੀਗਾ ਬਸ ਫਿਰ ਜੀ ਕਰਦਾ ਸੀ ਬਣਾਉਣ ਨੂੰ ਮਨ ਨਹੀਂ ਹਟਦਾ ਸੀ ਇਧਰੋਂ ਅੱਛਾ ਉਹ ਸੈਟੀਸਫੈਕਸ਼ਨ ਨਹੀਂ ਹੁੰਦੀ ਸੀ ਜਿੰਨਾ ਟਾਈਮ ਨਾ ਬਣਾਵੇ ਇਹਨਾਂ ਅੱਛਾ ਹਾਂਜੀ ਅੱਛਾ ਜਦ ਤੁਸੀਂ ਇਹ ਸ਼ੁਰੂ ਕੀਤਾ ਘਰ ਦੇ ਵਿੱਚ ਮੈ ਤਾਂ ਸੁਣਿਆ ਕਦੇ ਕਿਸੇ ਨੂੰ ਸ਼ੌਂਕ ਵੀ ਨਹੀਂ ਸੀ ਦੂਰ ਦਰਾਡੇ ਦਾ ਸੁਪਨਾ ਵੀ ਨਹੀਂ ਸੀ ਆਉਂਦਾ ਵੀ ਗੱਡੀ ਕਿਸੇ ਇਸ ਤਰੀਕੇ ਨਾਲ ਬਣਾ ਬਣੀ ਲਈਏ ਕਦੇ じゃ ਤੁਸੀਂ ਬਣਾਉਣਾ ਸ਼ੁਰੂ ਕੀਤਾ ਫਿਰ ਕਰਦਿਆਂ ਨੇ ਘੂਰਿਆ ਨਹੀਂ ਵੀ ਆਹ ਕੀ ਕਰਨ ਲੱਗਿਆ ਤੂੰ ਪੜਪੜ ਲਾ ਕੁਝ ਇਸ ਤਰੀਕੇ ਦੀ ਕਰ ਲਾ ਘੂਰਿਆ ਤੁਹਾਨੂੰ ਕੇ ਹਾਂਜੀ ਕਹਿੰਦੇ ਸੀ ਡੈਡੀ ਕਹਿੰਦੇ ਉਹਨਾਂ ਨੇ ਬਹੁਤ ਕਹਿਣਾ ਵੀ ਇੰਨਾ ਚ ਨਾਂ ਲੱਗਾ ਰ ਹੈ ਇਹਨਾਂ ਚ ਕੀ ਹੈਗਾ ਵਾ ਤੂੰ ਆਪਣਾ ਪੜਾਈ ਵੱਲ ਧਿਆਨ ਦੇ ਵਧੀਆ ਪੜਦਾ ਵਾ ਨੰਬਰਾਂ ਤੇ ਫੋਕਸ ਕਰ ਪਰ ਫਿਰ ਮੰਮੀ ਸੀਗੇ ਸਾਲ ਸਿਸਟਰ ਸੀਗੇ ਉਹ ਸਪੋਰਟ ਕਰਦੇ ਸੀ ਉਹ ਕਹਿੰਦੇ ਵੀ ਕੋਈ ਨਹੀਂ ਤੂੰ ਬਣਾ ਕੋਈ ਨਹੀਂ अच्छा ऐसी समझाने डैडी ने फिर उन्होंने डैडी ने समझाया फिर डैडी एग्री हो गए वो कहते कोई गल नहीं बना लो अच्छा फिर हुन डैडी के कहते ने हुन डैडी कहते बना लिया करो कोई डैडी कुछ ही खड़े ने देखते <laughs> <laughs> फादर साहब ਨੂੰ ਵੀ ਬੁਲਾ ਲੈਣਾ ਭਾਜੀ ਅੱਗੇ ਆ ਜਿਓ ਜੀ ਇਹ ਨੇ फादर साहब ਪਾਲ ਸਿੰਘ ਜੀ ਜਸ਼ਨ ਵੀਰੇ ਦੇ फादर साहब ਨੇ ਭਾਜੀ ਸੱਚੀ ਗੱਲ ਕੀ ਨਾਮ ਹੈ ਤੁਹਾਡਾ ਪੂਰਾ ਦੱਸ ਦਿਓ ਇੱਕ ਵਾਰ ਪਾਲ ਸਿੰਘ ਆ ਜੀ ਮੇਰੇ ਨਾਲ ਪਾਲ ਸਿੰਘ اچھا ਮੈਨੂੰ ਇੱਕ ਗੱਲ ਦੱਸੋ ਜਦ ਮੁੰਡੇ ਨੇ ਕਿਹਾ ਵੀ ਕਹਿੰਦੇ ਆ ਬਣਾਉਣ ਦਾ ਇਹਨੂੰ ਸ਼ੌਂਕ ਪਿਆ ਵੀ ਮੈਂ ਚੀਜ਼ਾਂ ਬਣਾਉਣੀਆਂ ਨੇ ਆ ਟੈਂਕ ਬਣਾਈ ਫਿਰਦਾ ਇਹ ਪਤਾ ਨਹੀਂ ਹੁਣ ਕਿਤੇ ਅਟੈਕ ਕਰਾਉਣਾ ਤੇ ਇਹ ਟੈਂਕ ਬਣਾ ਲਿਆ ਜਦੋਂ ਤਾ ਤੁਹਾਨੂੰ ਪਹਿਲੀ ਚੀਜ਼ ਬਣਾ ਕੇ ਦਿਖਾਈ ਤਾਂ ਤੁਹਾਨੂੰ ਕਿਵੇਂ ਲੱਗਿਆ ਸੀ ਮਨ ਦੇ ਵਿੱਚ ਤੁਹਾਡੇ ਕੀ ਆਇਆ ਸੀ ਇਹ ਸਾਨੂੰ ਤਾਂ ਜੇ ਲੱਗਾ ਸੀ ਵੀ ਚਲੋ ਤੈਨੂੰ ਸ਼ੌਂਕ ਆ ਤਾਂ ਬਣਾ ਲਾ ਤੂੰ ਪਰ ਇਹ ਚੀਜ਼ਾਂ ਤੂੰ ਬਣਾਏਗਾ ਫਿਰ ਅਗਲਾ ਸਰਕਾਰ ਕੋ ਕਿੱਥੋਂ ਬਣਾਇਆ ਕਿੱਥੋਂ ਸਿੱਖਿਆ ਤੂੰ ਇਹ ਅੱਛਾ ਫਿਰ ਮਨਾ ਵੀ ਕੀਤਾ ਫਿਰ ਮਨਾ ਵੀ ਨਹੀਂ ਹੋਇਆ ਕਹਿੰਦਾ ਬਣਾਉਣਾ ਹੀ ਬਣਾਉਣਾ ਅਸੀਂ ਕਹਾਂ ਚਲੋ ਬਣਾ ਲਾ ਫਿਰ ਫਿਰ ਆਪਦੇ ਤੌਰ ਤੇ ਦਿਮਾਗ ਤੇ ਬਣਾਉਂਦਾ ਆ ਇਹ ਫਿਰ ਇਹ ਨਿਗਾ ਵੀ ਥੋੜੀ ਜੀ ਡਾਊਨ ਹੋ ਗਈ ਸੀ ਫਿਰ ਐਨਕ ਲਵਾ ਕੇ ਲਿਆ ਮੈਂ ਇਹਦੇ ਅੱਛਾ ਦਿੱਲੀ ਵਾਲੇ ਤੋਂ ਤੇ ਪੰਜ ਛੇ ਮਹੀਨੇ ਸਮਝ ਲੱਗੀ ਰਹੀ ਮੁੜ ਕੇ ਉਹਨੇ ਹੁਣ ਜਾ ਕੇ ਲਾਈ ਹੁਣ ਫੇਰ ਚੱਲੀ ਜਾਂਦਾ ਕੰਮ ਇਹਦੇ ਇਸੇ ਤਰ੍ਹਾਂ ਹੀ ਅੱਛਾ ਹਾਂਜੀ ਅੱਛਾ ਮੈਂ ਸੁਣਿਆ ਕਿ ਇਹ ਬਸ ਕਮਰਾ ਬੰਦ ਕਰਕੇ ਅੰਦਰ ਹੀ ਵੜ ਜਾਂਦਾ ਫੇਰ ਕੁਝ ਬਣਾ ਕੇ ਬਾਹਰ ਨਿਕਲ ਜਾਂਦਾ ਹਾਂਜੀ ਹਾਂਜੀ ਕਿੰਨੀ ਗਰਮੀ ਹੋਈ ਜਾਵੇ ਮੁੜਖ ਮੁੜ ਕੇ ਹੋ ਜੂਨੇ ਬਣਾ ਕੇ ਫੇਰ ਹਟਣਾ ਨੇ ਅਸੀਂ ਲੜਦੇ ਬੰਦੇ ਤੂੰ ਗਰਮੀ ਆ ਬਾਹਰ ਆ ਜਾ ਇਹਨੇ ਕਹਿੰਦਾ ਜੀ ਤੁਹਾਨੂੰ ਗਰਮੀ ਲੱਗਦੀ ਮੈਨੂੰ ਨਹੀਂ ਲੱਗਦੀਗੀ ਅੱਛਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਮੀਟਰ ਵੀ ਤੁਸੀਂ ਸਾਲਕ ਪਹਿਲਾਂ ਹੋਇਆ ਫੇਰ ਲਾਇਆ ਹਾਂਜੀ ਹਾਂਜੀ ਮੀਟਰ ਜੇ ਇੱਕੋ ਸਾਲ ਹੋਇਆ ਆਪਣੀ ਲਾਈਟ ਆਈ ਨੂੰ ਓਏ ਹੋਏ ਤਾਂ ਜੀ ਉਹ ਬ ਉਹ ਬੈਟਰੀ ਤੋਂ ਫਿਰ ਬਾਹਰ ਬਲਾ ਲਾ ਕੇ ਨੇ ਆਪਦੇ ਬਣਾ ਕੇ ਆਪ ਹੀ ਲਾ ਕੇ ਉਹ ਬਲਬ ਤੋਂ ਹੀ ਬਣਾ ਲਿਆ ਹਾਂਜੀ ਬਲਬ ਤੋਂ ਹੀ ਬਣਾਇਆ ਉਹਦੇ ਚਾਲਣੇ ਚ ਬੈੜ ਬੈੜ ਕੇ ਹਾਂਜੀ ਹਾਂਜੀ ਉਹ ਬਣਾ ਕੇ ਆਪ ਹੀ ਨੇ ਲਾਈਟ ਇੱਥੇ ਪਈ ਹੁਣੀ ਦਿਖਾ ਦੇਣਾ ਸਾਨੂੰ ਗੱਡੀ ਦੀ ਪਤਾ ਨਹੀਂ ਕਿੱਥੇ ਆਈ ਉਹ ਲਿਆ ਕੇ ਤੇ ਲਾ ਕੇ ਤੇ ਫਿਰ ਉਹਨਾਂ ਉੱਤੇ ਟੂਬ ਲਾ ਲੈਣੀ ਟੂਬ ਖੜੀ ਕਰਕੇ ਬਣਾਈ ਜਾਣੀਆਂ ਨੇ ਬਣਾਈ ਜਾਣਾਂ ਹਾਂਜੀ ਇਹ ਨਹੀਂ ਕੀ ਗੱਲ ਦੱਸੋ ਇਹ ਸ਼ੌਂਕ ਸੀਗਾ ਤੁਹਾਨੂੰ ਕੁਝ ਇਸ ਤਰੀਕੀ ਦੀ ਚੀਜ਼ਾਂ ਜਾਂ ਤੁਹਾਡੇ ਅੱਗੇ ਫਾਦਰ ਸਾਹਿਬ ਉਹਨਾਂ ਦੇ ਅੱਗੇ ਸਾਡੇ ਤਾਂ ਪਿਓ ਨੂੰ ਨਾ ਸਾਡੇ ਦਾਦ ਨੂੰ ਵੀ ਸ਼ੌਂਕ ਹੈ ਨਹੀਂ ਸੀ ਵੀ ਇਹੋ ਜਿਹੀ ਚੀਜ਼ਾਂ ਬਣਾਉਣ ਦਾ अच्छा हां जी दादा ਜਿਹੜਾ ਸਰ ਸੀਗਾ ਉਹ ਸਿੰਗਾਪੁਰ ਚ ਸੀਗਾ ਫੌਜ ਦੇ ਵਿੱਚ ਭਾਰਤੀ ਸੂਬੇਦਾਰੀ ਨੌਕਰੀ ਲੈ ਕੇ ਆਇਆ ਸੀਗਾ ਅੱਛਾ ਪੁੱਛਣਾ ਤੇ ਉਹ ਮੁੜ ਕੇ ਉਹਦੀ ਮੌਤ ਹੋ ਗਈ ਉਹਨੂੰ ਵੀ ਇਹੋ ਜਿਹਾ ਸ਼ੌਂਕ ਹੈ ਨਹੀਂ ਸੀ ਜੀ ਮਤਲਬ ਸਾਡੇ ਬਾਪੂ ਨੇ ਦੱਸ ਦਿੰਦੇ ਸੀ ਹਮ ਹੈ ਨਹੀਂ ਸੀ ਉਹਨੂੰ ਸ਼ੌਂਕ ਅੱਛਾ ਜਿਵੇਂ ਸ਼ੁਰੂਆਤ ਦੇ ਵਿੱਚ ਲੱਗਿਆ ਸੀਗਾ ਕਿਉਂ ਜਸ਼ਨ ਦਾਦਾ ਇਹ ਤਾਂ ਹੁਣ ਦੱਸਦਾ ਹੋਣਾ ਇਹ ਕਹਿੰਦਾ ਮੈਨੂੰ ਤਾਂ ਸਟਾਰਟਿੰਗ ਦੇ ਵਿੱਚ ਘੂਰ ਵੀ ਪੈਂਦੀ ਸੀ ਘੂਰਦੇ ਹੁੰਦੇ ਸੀ ਵੀ ਅੱਜ ਘੂਰਦੇ ਹੁੰਦੇ ਸੀ ਹਾਂਜੀ ਇਹਨੂੰ ਖਿੱਚ ਕੇ ਬਾਹਰ ਲਿਆਉਣਾ ਵੀ ਨਹੀਂ ਕੰਮ ਖਾਣਾ ਬਾਹਰ ਆ ਹਵਾ ਲਾ ਇਹਨੇ ਫਿਰ ਥੋੜਾ ਚਿਰ ਫਿਰ ਤੁਰ ਫਿਰ ਕੇ ਫਿਰ ਅੰਦਰ ਹੀ ਵੜ ਜਾਣਾ ਫ ਇਹਦੀ ਮੰਮੀ ਨੂੰ ਕਿੱਥੇ ਆਉਣੇ ਕਹਣਾ ਅੰਦਰ ਚਲੇ ਗਿਆ ਫੇਰ ਫੇਰ ਉਹਨੇ ਮੈਨੂੰ ਕਹਣਾ ਤੂੰ ਰਹਿ ਜਾਂ ਤੇ ਨਾ ਖੂਰੇ ਨੂੰ ਬਣਾ ਲੈਂਦਾ ਜਿਹੜਾ ਬਣਾਉਂਦਾ ਫੇਰ ਅਸੀਂ ਟੇਬਲੇ ਦਾ ਬਾਹਰ ਲਿਆਉਣਾ ਚਾਹ ਕੇ ਹੂੰ ਫੇਰ ਬਾਹਰ ਜਿਹੜਾ ਲਾਈਟ ਜਗਣੀ ਜਿੰਨੇ ਦਿਨ ਹੁੰਦਾ ਲਾਈ ਜਾਣਾ ਰਾਤ ਨੂੰ ਫੇਰ ਇਹਨਾਂ ਅੰਦਰ ਲੈ ਜਾਣਾ ਫੇਰ ਦੁੜੇ ਦਿਨੇ ਬਣਾ ਲਾ ਇਹਨਾਂ ਨੇ ਨਹੀਂ ਡੈਡੀ ਥੋੜਾ ਹੋਰ ਰਹਿਗਾ ਬਣਾ ਕੇ ਆ ਜਾਣਾ 5-7 ਮਿੰਟ ਹੀ ਦੇ ਦੋ 5-7 ਚ ਬਣਾ ਲਾਂ ਘੰਟਾ ਫੇਰ ਲਾ ਦਿੰਦਾ ਸੀ ਕੀ ਬਾਤ ਅੱਛਾ ਤੁਸੀਂ ਦੋਸਤੋ ਇਧਰ ਚੀਜ਼ ਦੇਖੋ ਕੱਲੀ ਕੱਲੀ ਚੀਜ਼ ਜਿਹੜੀ ਬਣੀ ਹੈ ਨਾ ਬੜੀ ਰੂਹ ਦੇ ਨਾਲ ਬਣਾਈ ਹੋਈ ਹੈ ਯਾਰ ਕਿ ਇਹ ਜੀਪ ਇਹ ਜੈਸ਼ਨ ਕੀ ਹੈ ਹਾਂਜੀ ਜੀਪ ਆਜੀ ਇਹ ਮੈਨੂੰ ਇੱਕ ਗੱਲ ਦੱਸੋ ਫਿਰ ਤੁਸੀਂ ਇਹ ਮਾਡਲ ਦੇਖਦੇ ਕਿਵੇਂ YouTube ਵਗੈਰਾ ਕੀ ਦੀ ਮਦਦ ਲੈਨੇ ਹੋ ਤੁਸੀਂ ਨਹੀਂ ਇਹਨਾਂ ਚੋਂ ਜੀ 90% ਮਾਡਲ ਤਾਂ ਮੇਰੇ ਹੀ ਆ ਬਾਕੀ ਜੇ ਕੋਈ ਡਿਜ਼ਾਈਨ ਮੈਂ ਹੀ ਬਣਾਉਣਾ ਆਪ ਖੋਦੀ ਜੇ ਕੋਈ ਵਧੀਆ ਲੱਗਦਾ ਜਿਵੇਂ ਹੁਣ ਇਹ ਜੀਪ ਗਲੈਡੀਟਰ ਆ ਤੇ ਮੈਂ ਉਹ YouTube ਤੇ ਦੇਖੀ ਸੀਗੀ ਤੇ ਫਿਰ ਮੈਂ ਉਹ ਬਣਾਤੀ ਸੇਮ ਤਿਆਰ ਕਰਤੀ ਹਾਂਜੀ ਅੱਛਾ ਅੱਛਾ ਇੱਕ ਇੱਥੇ ਬੜੀ ਸੋਹਣੀ ਚੀਜ਼ ਹੈ ਜੈਸ਼ਨ ਤੁਸੀਂ ਆਪ ਚੱਕੋ ਆਹ ਇਹ ਕੀ ਹੈ ਦਰਸ਼ਕਾਂ ਨੂੰ ਆਪ ਦੱਸੋ ਤੇ ਬੜੀ ਘੈਂਟ ਗੱਲ ਇਹ ਹੈ ਕਿ ਇੰਨੀ ਛੋਟੀ ਚੀਜ਼ ਹੈ ਤੇ ਇਹ ਵੀ ਮੂਵਿੰਗ ਹੈ ਇਹ ਬਣਾਈ ਕੀ ਹੈ ਤੁਸੀਂ ਇਹ ਇਹ ਜੀਸੀਬੀ ਬਣਾਈ ਹੈ ਜੀ ਅੱਛਾ ਇਹ ਉਹੀ ਤਾਂ ਨਹੀਂ ਜੀਸੀਬੀ ਜਿਹੜੀ ਇੱਥੇ ਆਈ ਸੀ ਉਹੀ ਦੇਖ ਕੇ ਬਣਾਈ ਤੁਸੀਂ ਹਾਂਜੀ ਉਹੀ ਹੈ ਇਹ ਉਹੀ ਮਾਡਲ ਹੈ ਹਾਂਜੀ ਉਹੀ ਕੀ ਬਾਤ ਹੈ ਅੱਛਾ ਇਹ ਇਹਨੂੰ ਬਣਾਏ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਜੀ ਮੈਂ 2017 ਚ ਬਣਾਈ ਸੀ ਵਾਹ ਅੱਛਾ ਆ ਮੂਵ ਕਰਕੇ ਦਿਖਾਓ ਮੜਾ ਜੇ ਉੱਪਰਲੇ ਜਿਹੜਾ ਸਾਰੀ ਚੀਜ਼ਾਂ ਨੇ ਆ ਵੇਖੋ ਹਾਂਜੀ ਦਰਸ਼ਕੋ ਜਿਹੜੀ ਕੱਲੀ ਕੱਲੀ ਚੀਜ਼ ਹੈ ਨਾ ਆਮ ਜਿਹੜੀ ਕਹ ਦਿੰਨੇ ਆ ਆਪਾਂ ਤੇ ਸਰਕੂਲਰ ਵੀ ਮੋਸ਼ਨ ਜਿਹੜਾ ਆ ਉਹ ਸਰਕੂਲਰ ਮੋਸ਼ਨ ਵੀ ਘੁੰਮ ਰਹੀ ਆ ਮਸ਼ੀਨ ਤੇ ਉੱਪਰੋਂ ਜਿਹੜੀ ਇਹਦੀ ਫਰੰਟ ਆਰਮ ਹੈ ਉਹ ਵੀ ਜਿਹੜੀ ਆ ਮੂਵਿੰਗ ਹੈ ਵੀ ਜਦ ਮੈਂ ਆ ਕੇ ਬਾਈ ਨੇ ਮਾਡਲ ਕੱਟਨੇ ਸ਼ੁਰੂ ਕੀਤੇ ਸੀਗੇ ਤਾਂ ਮੈਂ ਗੱਡੀਆਂ ਦੇਖਿਆ ਮੈਂ ਕਿਹਾ ਚਲੋ ਗੱਡੀ ਬਣਾ ਲਈ ਮੋਟਰਸਾਈਕਲ ਬਣਾ ਲਿਆ ਚਲੋ ਜਹਾਜ਼ ਵੀ ਬਣਾ ਲਿਆ ਪਰ ਜੇਸੀਬ ਵੀ ਜਦ ਮੂਵਿੰਗ ਵੇਖੀ ਤਾਂ ਫੇਰ ਮੈਨੂੰ ਥੋੜੀ ਜੀ ਦੁਚਿੱਤੀ ਜਾਂ ਹੋਈ ਵੀ ਯਾਰ ਕੁਝ ਤਾਂ ਟੈਲੈਂਟ ਹੈ ਮੁੰਡੇ ਦੇ ਵਿੱਚ ਤੇ ਉਮਰ ਸਿਰਫ 16 ਸਾਲ ਹੈ ਤਾਂ ਹੈਰਾਨ ਕਰਦੀ ਗੱਲ ਇਹ ਹੈ ਕੀ ਘਰ ਦੇ ਵਿੱਚ ਲਾਈਟ ਵੀ ਨਹੀਂ ਸੀ ਹੁੰਦੀ ਤੇ ਟਰੈਕਟਰ ਦੀ ਲਾਈਟ ਤਾਰ ਕੇ ਕਿਸ ਤਰੀਕੇ ਨਾਲ ਬੈਟਰੀ ਦੇ ਨਾਲ ਜਿਹੜਾ ਆ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਆ ਚੀਜ਼ਾਂ ਕਰਨ ਲੱਗ ਗਿਆ ਅੱਛਾ ਪਿੱਛੇ ਜੇ ਇੱਕ ਪਿੱਛੇ ਜੇ ਇੱਕ ਤਰਾਸਦੀ ਵੀ ਹੋਈ ਕਿ ਪਰਿਵਾਰ ਦੇ ਵਿੱਚ ਇੱਕ ਭਾਣਾ ਹੋਇਆ ਕਿ ਜਿਹੜੇ ਨਾਲ ਮਦਰ ਸੀਗੀ ਉਹ ਪੂਰੇ ਹੋ ਗਏ ਅੱਛਾ ਮਦਰ ਤੁਹਾਨੂੰ ਕਿੰਨੀ ਕੁ ਸਪੋਰਟ ਕਰਦੇ ਹੁੰਦੇ ਸੀ ਇਸ ਕੰਮ ਦੇ ਵਿੱਚ ਉਹ ਪੂਰੀ ਸਪੋਰਟ ਕਰਦੇ ਸੀ ਇਉਂ ਉਹਨਾਂ ਤੋਂ ਹੀ ਸਿੱਖਿਆ ਸੀਗਾ ਮੈਂ ਉਹ ਸਲੈਂਗ ਨਹੀਂ ਕਰਦੇ ਜੇ ਮੈਂ ਤੁਹਾਨੂੰ ਦੱਸਿਆ ਤੇ ਉਹਨਾਂ ਨੇ ਕੋਲੇ ਬਹਿ ਜਾਣਾ ਫਿਰ ਉਹਨਾਂ ਨੇ ਪੁੱਛਣਾ ਜਿਵੇਂ ਪਹਿਲਾਂ ਕੋਈ ਚੀਜ਼ ਬਣਾਉਣੀ ਦਾ ਪਹਿਲਾਂ ਉਹਨਾਂ ਨੂੰ ਦਿਖਾਉਣੀ ਉਹਨਾਂ ਨੇ ਕਿਹਾ ਬਹੁਤ ਸੋਹਣੀ ਬਣੀ अच्छा पहला ओना नु ही दिखाणे हां जी पहला ओना नु ही दिखाणे अच्छा अच्छा कदे मदर ने मदर ने आए कहया ਵੀ ਯਾਰ ਜਸ਼ਨ ਨਹੀਂ ਤੂੰ ਆ ਕੰਮ ਨਾ ਕਰਿਆ ਕਰ ਪੁੱਤ ਤੂੰ ਪੜ ਪੜ ਲੈ ਤੂੰ ਕੁਛ ਚੰਗਾ ਅਫਸਰ ਬਣ ਕੁਛ ਇਸ ਤਰੀਕੇ ਚ ਕਿਉਂਕਿ ਮਾਂ ਪਿਓ ਦੇ ਮਨ ਦੇ ਵਿੱਚ ਅਕਸਰ ਹੁੰਦਾ ਆ ਕਿ ਪਿੰਡ ਵਾਲਿਆਂ ਦੇ ਖਾਸ ਕਰਕੇ ਵੀ ਤੂੰ ਚੰਗੀ ਜੌਬ ਤੇ ਰੱਗ ਵਿਆਹ ਕੰਮ ਛੱਡ ਮਦਰ ਨੇ ਕਦੇ ਇਸ ਤਰੀਕੇ ਨਾਲ ਨਹੀਂ ਕਿਹਾ ਤੁਹਾਨੂੰ ਨਹੀਂ ਜੀ ਉਹ ਕਹਿੰਦੇ ਵੀ ਜੇ ਤੈਨੂੰ ਚੰਗਾ ਲੱਗਦਾ ਤਾਂ ਕਰ ਪਰ ਪੜ੍ਹਾਈ ਨਾ ਛੱਡੀ ਉਹ ਵੀ ਨਾਲ ਨਾਲ ਕਰਦਾ ਨੇ ਜਿਵੇਂ ਤੇਰੇ ਨੰਬਰ ਆਉਂਦੇ ਉਹ ਬਰਕਰਾਰ ਹੀ ਰਹਿਣੇ ਤੂੰ ਜਿਵੇਂ ਮਰਜ਼ੀ ਕਰੀਂਗਾ ਕਿਆ ਬਾਤ ਅੱਛਾ ਸਾਰਾ ਪਰਿਵਾਰ ਨਾ ਮੇਰਾ ਜਿਹੜੇ ਇਹਨਾਂ ਦਾ ਵੀਰੇ ਉਹਨਾਂ ਦਾ ਇੱਥੇ ਖੜਾ ਆ ਤੇ ਘਰ ਵੀ ਐ ਵੀਰੇ ਉਹਨੇ ਮਤਲਬ ਮਿਹਨਤ ਇੰਨੀ ਕੀ ਜ਼ਿਆਦਾ ਕੀਤੀ ਹੋਈ ਐ ਅੱਛਾ ਭਾਈ ਮੈਨੂੰ ਇੱਕ ਗੱਲ ਦੱਸੋ ਜਿਵੇਂ ਤੁਸੀਂ ਆ ਬਣਾਉਨੇ ਹੋ ਇਰ ਇਥੋਂ ਦਾ ਕਈ ਸਕੂਲ ਵਾਲੇ ਜਾਂ ਤੁਹਾਡੇ ਹੋਰ ਨੇੜੇ ਤੇ ਜਿਹੜੇ ਪਿੰਡਾਂ ਵਾਲੇ ਵੀ ਆ ਕੇ ਲੈ ਹੀ ਜਾਂਦੇ ਹੋਣਗੇ ਅੱਧੇ ਮਾਡਲ ਤਾਂ ਕੁਝ ਇਸ ਤਰੀਕੀ ਦੀ ਚੀਜ਼ ਹੋਈ ਹੈ ਤੁਹਾਡੇ ਨਾਲ ਹਾਂਜੀ ਮੇਰੇ ਦੋਸਤਾਂ ਨੇ ਮਿਲਣ ਆਸਤੇ ਜਾਂ ਚੀਜ਼ਾਂ ਵੇਖਣਾ ਉਹ ਲੈ ਜਾਂਦੇ ਆ ਜੋ ਕਿ ਛੋਟਾ ਬੱਚਾ ਹੁੰਦਾ ਰਿਸ਼ਤੇਦਾਰੀ ਤੋਂ ਉਹ ਲੈ ਜਾਂਦਾ ਇਹ ਮੇਰਾ ਭਾਂਜਾ ਉਹ ਬਹੁਤ ਇਹ ਕਰਦਾ YouTube ਤੇ ਵੀ ਫੋਲੋ ਕਰਦਾ ਮੈਨੂੰ ਤੇ ਉਹ ਚੀਜ਼ ਵੇਖ ਕੇ ਆ ਜਾਂਦਾ ਛੁੱਟੀਆਂ ਚਾਹੇ ਸੀਗਾ ਕਾਫੀ ਸਾਰੀਆਂ ਚੀਜ਼ਾਂ ਲੈ ਗਿਆ ਉਹ ਬੜਾ ਵਧੀਆ ਲੱਗਦਾ ਬੱਚਿਆਂ ਨੂੰ ਜਦੋਂ ਵੇਖਦੇ ਤੇ ਫਿਰ ਉਹ ਲੈ ਜਾਂਦੇ ਅੱਛਾ ਇਧਰਲੀ ਸਾਈਡ ਤੁਸੀਂ ਫਾਈਲ ਵੀ ਰੱਖੀ ਐ ਆਹ ਫਾਈਲ ਖੋਲੋ ਮੜੀ ਜੀ ਜਿਵੇਂ ਆਹ ਤਾਂ ਚਲੋ ਵੀਰੇ ਦਾ ਇੱਕ ਸਕੈਚ ਆਰਟ ਸੀ ਮੈਂ ਕਹਿ ਸਕਦਾ ਵੀ ਪੇਪਰ ਆਰਟ ਸੀਗਾ ਵੀ ਪੇਪਰ ਆਰਟਿਸਟ ਵਾਂਗ ਜਿਵੇਂ ਵੀਰੇ ਨੇ ਵਰਕ ਕੀਤਾ ਤੇ ਇਧਰ ਤੁਹਾਨੂੰ ਪੈਨਸਲ ਵਰਕ ਦਿਖਾਉਣਾ ਵੀਰੇ ਦਾ ਵੀ ਇਹ ਵੀਰੇ ਦੀ ਹੀ ਬਣਾਈਆਂ ਹੋਈਆਂ ਆ ਉਹ ਤਸਵੀਰਾਂ ਨੇ ਆਹ ਕਦੋਂ ਸਭ ਤੋਂ ਪਹਿਲਾਂ ਸ਼ੁਰੂਆਤ ਕਿਹੜੀ ਤਸਵੀਰ ਤੋਂ ਹੋਈ ਸੀ ਇਹ ਮੈਨੂੰ ਇਹ ਜ਼ਰੂਰ ਦੱਸੋ ਆਹ ਕਦੋਂ ਬਣਾਈ ਸੀ ਤਸਵੀਰ ਆਹ ਇਹ ਜੀ ਮੈਂ 2022 ਚ ਬਣਾਈ ਸੀ ਅੱਛਾ ਇਸੇ ਸਾਲ ਬਣਾਈ ਸੀ ਹਾਂਜੀ ਹੁਣ ਜੀ ਕੀ ਬਾਤ ਹੈ ਅੱਛਾ ਕਰਦੇ ਰਹੋ ਅੱਗੇ ਕੀ ਸ਼ਿਫਟ ਕਰੋ ਇਹਨੂੰ ਤੁਸੀਂ ਵੇਖੋ ਕਿ ਕੱਲੀ-ਕੱਲੀ ਚੀਜ਼ ਜਿਹੜੇ ਨੇ ਬਾਕੀ ਸ਼ਾਰਟਸ ਵੀ ਚੱਲ ਰਹੇ ਹੋਣਗੇ ਤਾਂ ਟੀਵੀ ਸਕਰੀਨਸ ਦੇ ਦੋਸਤੋ ਵੀ ਕਲਰ ਦੀ ਕੰਬੀਨੇਸ਼ਨ ਇੰਨੀ ਛੋਟੀ ਉਮਰ ਦੇ ਵਿੱਚ ਕਿੰਨੇ ਸੋਹਣੇ ਤਰੀਕੇ ਦੇ ਨਾਲ ਕੀਤੀ ਐ ਪਿੰਡਾਂ ਦਾ ਮੁੰਡਾ ਆ ਤੇ ਉਹ ਘਰ ਚੋਂ ਉੱਠਿਆ ਕਿ ਜਿੱਥੇ ਲਾਈਟ ਹਜੇ ਸਾਲ ਪਹਿਲਾਂ ਜਿਹੜੀ ਸੀ ਉਹ ਮੀਟਰ ਲਵਾਇਆ ਗਿਆ ਆ ਤੇ ਉੱਥੋਂ ਕਿਸ ਤਰੀਕੇ ਦੇ ਨਾਲ ਉੱਟ ਕੇ ਮੁੰਡੇ ਨੇ ਇੱਕ ਐਸੀ ਚੀਜ਼ ਸੋਚੀ ਜਿਹੜੀ ਕਦੇ ਘਰਦਿਆਂ ਦੇ ਚਿੱਤ-ਚੇਤੇ ਦੇ ਵਿੱਚ ਵੀ ਨਹੀਂ ਸੀਗੀ ਨਾ ਕਦੇ ਕਿਸੇ ਨੂੰ ਸ਼ੌਂਕ ਸੀ ਪਰ ਇਹਨਾਂ ਨੇ ਵੀਰ ਨੇਮਾਨ ਦੇ ਵਿੱਚ ठाਨਾ ਕਿ ਹਾਂ ਕੁਝ ਚੀਜ਼ ਤਾਂ ਕਰਨੀ ਐ ਵੀਰੇ ਦੀ ਕਲਾ ਵੇਖੋ ਕੱਲੀ-ਕੱਲੀ ਚੀਜ਼ ਜਿਵੇਂ ਆਹ ਵੇਖੋ ਤੁਸੀਂ ਟਾਣੀ ਐ ਪੱਤੇ ਨੇ ਆਹ ਜਿਹੜੇ ਬਰਡ ਕਹਿੰਦਾ ਮੈਂ ਪੰਛੀ ਨੇ ਚਿੜੀਆਂ ਫਿਰਦੀਆਂ ਆਪਾਂ ਕਹਿ ਸਕਦੇ ਹਾਂ ਬੜੀ ਸੋਹਣੀ ਚੀਜ਼ ਬਣਾਈ ਹੋਈ ਐ ਤੇ ਬੜੇ ਘੈਂਟ ਤਰੀਕੇ ਦੇ ਨਾਲ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਕਲਾ ਬਹੁਤ ਜ਼ਿਆਦਾ ਸੋਹਣੀ ਐ ਵੀਰੇ ਦੀ ਤੇ ਬਹੁਤ ਛੋਟੀ ਉਮਰ ਐ ਕਿਉਂਕਿ ਐਸੀ ਕਲਾ ਨੂੰ ਜੇ ਆਪਾਂ ਤਰਾਸ਼ਾਂਗੇ ਤਾਂ ਮੈਨੂੰ ਲੱਗਦਾ ਪੰਜਾਬ ਕੋਲੇ ਟੈਲੈਂਟ ਬਹੁਤ ਐ ਅਕਸਰ ਯੂਥ ਬਾਹਰ ਨੂੰ ਭੱਜਦਾ ਐ ਤੇ ਬਾਹਰਲੇ ਗੋਰੇ ਇੱਥੋਂ ਦੀ ਕਰੀਮ ਨੂੰ ਕੱਢ ਕੇ ਬਾਹਰ ਲੈ ਜਾਂਦੇ ਨੇ ਜੇ ਆਪਾਂ ਇਹੋ ਜਿਹਾ ਟੈਲੈਂਟ ਨੂੰ ਹੁਣ ਤਰਾਸ਼ਣਾ ਸ਼ੁਰੂ ਕਰਾਂਗੇ ਨਾ ਤਾਂ ਮੈਨੂੰ ਲੱਗਦਾ ਜਦ ਤੱਕ ਆਪਣੀ ਸੋਝੀ ਸੰਭਲੂਗੀ ਯਾਨੀ ਜਦ ਤੱਕ ਆਪਾਂ ਆਪਣੇ ਆਪ ਨੂੰ ਮੈਂਟਲੀ ਉਸ ਤਰੀਕੇ ਦਾ ਬਣਾ ਲਾਂਗੇ ਤਾਂ ਉਦੋਂ ਤੱਕ ਮੈਨੂੰ ਲੱਗਦਾ ਬਹੁਤ ਕੁਝ ਚੀਜ਼ਾਂ ਬਦਲ ਜਾਣਗੀਆਂ ਜਿਵੇਂ ਅੱਜ ਕੱਲ੍ਹ ਹੁਣ ਭਾਜੀ ਹਣੀ ਭਾਜੀ ਤੁਸੀਂ ਕਿੰਨੇ ਪੜ੍ਹੇ ਹੋ ਤੁਸੀਂ ਤਾਂ ਜਮਾਨਾ ਪੜਾ ਜਮੇ ਹਾਂਜੀ ਜਮ ਸਕੂਲ ਵੀ ਨਹੀਂ ਗਏ ਤੁਸੀਂ ਤਾਂ अच्छा वो माल ही चार दंदे हेंगे अच्छा जब ਤੁਸੀਂ ਆ ਚੀਜ਼ਾ ਹੁਣ ਬਣਦੀਆਂ ਦੇਖਦੇ ਹੋਂ ਇਹ ਫਿਰ ਤੁਸੀਂ ਆਪ ਨਹੀਂ ਹੈਰਾਨ ਹੁੰਦੇ ਵੀ ਆ ਬਣਾਈ ਕਿਵੇਂ ਆਏ ਨੇ ਅਸੀਂ ਤਾਂ ਜੀ ਪੂਰੇ ਹੈਰਾਨ ਆ ਵੀ ਵੇਖੇ ਨਹੀਂ ਅਸੀਂ ਤਾਂ ਚੀਜ਼ਾਂ ਨਹੀਂ ਵੇਖੀਆਂ ਚੋ ਜੀਆਂ ਬਣਾਈ ਜਾਂਦਾ ਹੈ ਜਿਹਦਾ ਘਰ ਚੋਂ ਤਾਂ ਫਿਰ ਵੀ ਹੈਗਾ ਟਰੈਕਟਰ ਜੁਰਮਾ ਲਿਆ ਸੀਗਾ ਠੀਕ ਹੈ ਤੇ ਟਰੈਕਟਰ ਵੀ ਇਹ ਨਹੀਂ ਲਿਆ ਐਸ਼ਰ ਲਿਆ ਸੀ ਉਹਨੂੰ ਵੇਖ ਕੇ ਨੇ ਸਵਰਾਜ ਬਣਾ ਲਿਆ 855 ਬਣਾਇਆ ਨੇ اچھا ਮੈਂ ਸੁਣਿਆ ਇੱਥੋਂ ਨੇੜੇ ਤੋਂ ਸੜਕ ਤੋਂ ਜੇ ਕੁਝ ਲੰਘ ਵੀ ਜਾਵੇ ਤਾਂ ਇਹ ਦੇਖ ਕੇ ਬਣਾ ਦਿੰਦਾ ਹਾਂਜੀ ਹਾਂਜੀ ਥੋੜਾ ਦੇਖ ਲਵੇ ਦਾਲਾ ਬਦਲਾ ਤੇ ਬਣਾ ਲੈਂਦਾ ਹੈ ਆਪੇ ਆਪੇ ਹਾਂਜੀ ਜਿਵੇਂ ਆਪਾਂ ਖੜੇ ਗੱਲਾਂ ਕਰੀ ਜਾਂਦੇ ਆ ਇਹਨੇ ਚੀਜ਼ ਵੇਖੀ ਨਹੀਂ ਆ ਚੱਕੇ ਆ ਰਮ ਆ ਇੰਜਨ ਆ ਸਭ ਕੁਝ ਤਿਆਰ ਕਰ ਦੇਣਾ ਇਹਨੇ ਕੀ ਬਾਤ ਹਾਂਜੀ ਜੇ ਹਾਂ ਜੇ ਉਹਨੂੰ ਪੁੱਛੀਦਾ ਵੀ ਤੂੰ ਕੀ ਕਰਦਾ ਹੈ ਕੀ ਕਰ ਖੜ ਜੋ ਡੈਡੀ ਜੀ ਮੈਂ ਕਰਕੇ ਤੁਹਾਨੂੰ ਦਿਖਾਉਂਗਾ ਇਹਨੇ ਕਹਿੰਦਾ ਅਸੀਂ ਕਹਿੰਦਾ ਤੂੰ ਗਰਮੀ ਨਹੀਂ ਖੜ ਜੋ ਰੋਕ ਜੋ ਫਿਰ ਬਣਾ ਕੇ ਦੋ ਚੌਦ ਦਿਨ ਇਸ ਨੂੰ ਵਿਖਾ ਦੇਣੀ ਆ ਪਈ ਇਹ ਕੀ ਬਾਤ ਹਾਂਜੀ ਅੱਜ ਜਿਵੇਂ ਕਿੰਨਾ ਕੁ ਟਾਈਮ ਲੱਗ ਜਾਂਦਾ ਫਿਰ ਸਾਰੀ ਚੀਜ਼ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਨੇ ਹੋ ਅ 15-20 ਮਿੰਟ ਲੱਗ ਜਾਂਦੇ ਆ ਜੀ ਜਨ ਕਰਨ ਚ ਹਾਂਜੀ ਅਸੀਂ ਦੁਬਾਰਾ ਫਿਰ ਤਸਵੀਰ ਵੇਖਣ ਦੀ ਲੋੜ ਤਾਂ ਨਹੀਂ ਪੈਂਦੀ ਨਹੀਂ ਜੀ ਇੱਕ ਵਾਰੀ ਜਿਹੜੀ ਚੀਜ਼ ਵੇਖ ਲਾਂ ਫਿਰ ਉਹ ਜਿਵੇਂ ਆਪਾਂ ਮਾਈਂਡ ਦੇ ਵਿੱਚ 3D ਮਾਡਲ ਬਣ ਜਾਂਦਾ ਉਹ ਬਣਾ ਲੈਣਾ ਇੱਕ ਵਾਰੀ ਬਿਲਕੁਲ ਯਾਨੀ ਜੀ ਮੈਂ ਹੁਣ ਕਹਦਾ ਮੇਰੀ ਵਾਲੀ ਗੱਡੀ ਖੜੀ ਆ ਬਾਹਰ ਮੈਂ ਕਹਦਾ ਵੀ ਤੁਸੀਂ ਉਹ ਵੇਖੋ ਤੇ ਉਹ 15 ਮਿੰਟ ਦੇ ਵਿੱਚ ਤੁਸੀਂ ਯਾਦ ਕਰ ਲਓਗੇ ਤੇ ਤੁਸੀਂ ਬਣਾ ਦੋਗੇ ਹਾਂਜੀ ਦੁਬਾਰਾ ਵੇਖਣ ਦੀ ਲੋੜ ਨਹੀਂ ਨਹੀਂ ਪੱਕੀ ਗੱਲ ਹੈ ਪੱਕੀ ਹੈ ਜੇ ਮੰਨ ਲਓ ਦਰਸ਼ਕ ਉੱਠ ਕੇ ਕਹਿ ਦੇਣ ਤੁਹਾਡਾ ਨੰਬਰ ਤਾਂ ਦਊਗਾ ਹੁਣ ਮੈਂ ਦਰਸ਼ਕ ਕਹਿ ਦੇਣ ਕਿ ਮੈਂ ਮੇਰੀ ਟਰੈਕਟਰ ਦੀ ਜਾਂ ਮੇਰੀ ਗੱਡੀ ਦੀ ਜਾਂ ਮੇਰੇ ਜਿਹੜੇ ਕੰਬਾਈਨਾਂ ਜਾਂ ਹੋਰ ਕਿਸੇ ਚੀਜ਼ ਦੀ ਜਹਾਜ਼ ਦੀ ਕਿਸੇ ਇਸ ਤਰੀਕੇ ਦੀ ਚੀਜ਼ਾਂ ਦੀ ਫੋਟੋ ਬਣਵਾਉਣੀ ਹੈ ਮਾਡਲ ਬਣ ਤਿਆਰ ਕਰਾਉਣਾ ਫਿਰ ਤਿਆਰ ਕਰ ਦੋਗੇ ਉਹ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਅੱਛਾ ਫਿਰ ਹੁਣ ਆਪਣਾ ਪ੍ਰੋਪਰ ਐਡਰੈਸ ਤੇ ਨੰਬਰ ਜ਼ਰੂਰ ਦੱਸ ਦਿਓ ਜੀ ਜੀ ਮੇਰਾ ਇਹ ਐਡਰੈਸ ਹੈਗਾ ਕੰਡਿਆਲ ਪਿੰਡਾ ਮੋਗਾ ਜ਼ਿਲ੍ਹਾਵਾ ਤੇ ਨੰਬਰ ਮੇਰੇ ਹੈਗਾ 9855448642 ਦੁਬਾਰਾ 9855448642 ਅੱਛਾ ਆਖਰ ਦੇ ਵਿੱਚ ਆਖਰੀ ਸਵਾਲ ਹੋਊਗਾ ਸਾਰਾ ਪਰਿਵਾਰ ਨਾਲ ਖੜਾ ਆ ਸਪੋਰਟ ਕਰਦਾ ਹੁੰਦਾ ਤੁਹਾਨੂੰ ਪੂਰੀ ਕਿਉਂਕਿ ਅਸੀਂ ਆਗੇ ਹੁਣ ਤਾਂ ਇਹਨਾਂ ਨੂੰ ਵੀ ਮਾਣ ਹੋਗਾ ਵੀ ਹੁਣ ਤਾਂ ਮੀਡੀਆ ਵਾਲੇ ਵੀ ਆ ਗਏ ਹਨਾ ਮੈਨੂੰ ਇੱਕ ਗੱਲ ਦੱਸੋ ਸ਼ੌਕ ਕੀ ਹੈ ਤੁਹਾਡਾ ਵੈਸੇ ਸੁਪਨਾ ਕੀ ਹੈ ਹੁਣ ਅੱਗੇ ਜਾ ਕੇ ਚਲੋ ਇਹ ਇੱਕ ਆਰਟ ਹੈ ਤੁਹਾਡਾ ਹੌਬੀ ਹੈ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨੂੰ ਪੈਸ਼ਨ ਦੇ ਵਿੱਚ ਰੱਖਣਾ ਹੈ ਇਸ ਚੀਜ਼ ਨੂੰ ਪ੍ਰੋਫੈਸ਼ਨਲ ਬਣਾਉਣਾ ਹੈ ਤੁਹਾਡਾ ਆਪਣਾ ਸੁਪਨਾ ਕੀ ਹੈ ਜੀ ਮੇਰਾ ਸੁਪਨਾ ਇਹ ਹੀ ਹੈ ਜੀ ਵੀ ਮੈਂ ਇਹ ਸਾਰਟ ਨੂੰ ਅੱਗੇ ਲੈ ਕੇ ਜਾਵਾਂ। ਕੀ ਬਾਤ ਹੈ। ਹਾਂਜੀ ਕਾਰ ਡਿਜ਼ਾਈਨਰ ਬਣਨਾ ਚਾਹੁੰਦਾ ਹਾਂ। ਹੁਣ ਇੰਡੀਆ ਦੇ ਵਿੱਚ ਸੁਪਰ ਕਾਰਸ ਦੀ ਕੋਈ ਕੰਪਨੀ ਨਹੀਂ ਹੈਗੀ ਤੇ ਮੈਂ ਉਹ ਖੋਲ੍ਹਣੀ ਚਾਹਣਾ। ਕੀ ਬਾਤ ਹੈ। ਕੀ ਬਾਤ। ਬਈ ਉਮਰ ਸਿਰਫ 16 ਸਾਲ ਤੇ ਮੁੰਡੇ ਦੇ ਸੁਪਨੇ ਬਹੁਤ ਵੱਡੇ ਨੇ। ਕੰਡਿਆੜ ਪਿੰਡ ਤੋਂ ਉੱਠ ਕੇ ਮਾਰ ਐਸੀ ਮਾਰਨੀ ਚਾਹੁੰਦਾ ਹੈ ਕਿ ਸਾਰੀ ਦੁਨੀਆ ਨੂੰ ਆਪਣਾ دیਵਾਨਾ ਬਣਾਉਣਾ ਚਾਹੁੰਦਾ ਹੈ। ਫਾਈਲ ਭਰੀ ਪਈ ਹੈ। ਇਧਰ ਹੀ ਸਾਈਡ ਥੱਲੇ ਦਿਖਾ ਦਾਂ ਨਾ ਤਾਂ ਮਾਡਲ ਆ ਟੇਬਲ ਤੇ ਪੂਰੇ ਭਰੇ ਪਏ ਨੇ ਹਾਲੇ ਕੀ ਹੋਰ ਵੀ ਨੇ। ਪੂਰੇ ਕੱਡੇ ਨਹੀਂ ਆ ਪੂਰੇ ਮਾਡਲ ਭਰੀ ਪਏ ਨੇ ਕੱਲੀ ਕੱਲੀ ਚੀਜ਼ ਜਿਹੜੀ ਵੀਰੇ ਨੇ ਬਣਾਈ ਆ ਬੜੀ ਰੀਜ ਨਾਲ ਤੇ ਬੜੀ ਸ਼ਿੱਦਤ ਨਾਲ ਬੜੀ ਮਿਹਨਤ ਨਾਲ ਬਣਾਈ ਹੋਈ ਆ ਆ ਟਰੈਕਟਰ ਵੇਖ ਲਓ ਜੀਪਾਂ ਵੇਖ ਲਓ ਹਰ ਇੱਕ ਚੀਜ਼ ਯਾਰ ਤਿਆਰ ਕਰੀ ਆ ਨਾ ਬੜੀ ਸੋਹਣੀ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਆ ਜਿੰਨੀ ਜਿੰਨੀ ਚੀਜ਼ਾਂ ਦਿਖਾਦਾ ਉਹ ਵੀ ਘਟ ਨੇ ਆ ਕਮ ਆ ਜੀਸੀਬੀ ਆ ਗਿਆ ਟੈਂਕ ਆ ਗਿਆ ਆ ਦੂਸਰੇ ਮਾਡਲ ਆ ਗਏ ਟੈਂਕ ਦੇ ਦੂਜੇ ਮਾਡਲ ਵੇਖ ਲਓ ਵੀ ਇਹ ਮਾਡਲ ਯਾਰ ਤਿਆਰ ਕਰਨੇ ਕਈ ਵਾਰ ਤਾਂ ਮੇਰੇ ਵਰਗਾ ਦਾ ਦੁੱਜੀਤੀ ਚ ਪੈ ਜੇ ਵੇ ਆਂ ਖਿੱਚ ਕੇ ਭਰੇ ਮਾਰੇ ਪੇਪਰ ਜੇ ਨੂੰ ਕਿ ਮੈਂ ਨਹੀਂ ਬਣਾਉਣਾ ਪਰ ਵੀਰੇ ਨੇ ਮਿਹ ਤੇ ਮੈਂ ਚਾਹਉਣਾ ਵੀ ਇਸ ਮਿਹਨਤੀ ਬੰਦੇ ਨੂੰ ਤੁਸੀਂ ਅੱਗੇ ਤੱਕ ਸਪੋਰਟ ਕਰੋ ਸ਼ੇਅਰ ਕਰੋ ਕਿਉਂਕਿ ਅੱਜ ਇਹ ਨਹੀਂ ਛੋਟੀ ਉਮਰ ਦੇ ਵਿੱਚ ਜੇ ਇਹਨੂੰ ਹੱਲਾਸ਼ੇਰੀ ਦਵਾਗੇ ਨਾ ਤਾਂ ਮੈਨੂੰ ਲੱਗਦਾ ਵੀਰਾ ਅੱਗੇ ਜਾ ਕੇ ਬਹੁਤ ਕੁਝ ਕਰ ਸਕਦਾ ਹੈ ਹੋ ਸਕਦਾ ਆ ਵੀ ਜਿਵੇਂ ਇੱਕ ਮੈਂ ਪੇਪਰ ਆਰਟਿਸਟ ਨੂੰ ਮਿਲਿਆ ਸੀਗਾ ਜਿਹੜੇ ਅੱਜ ਇੰਗਲੈਂਡ ਕੈਲੀਫੋਰਨੀਆ ਯੂ ਐਸ ਏ ਵਰਗੀਆਂ ਵੱਡੀ ਵੱਡੀਆਂ ਕੰਟਰੀਆਂ ਦੇ ਵਿੱਚ ਜਾ ਕੇ ਆਪਣੇ ਇੰਡੀਆ ਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇਹੋ ਜਿਹੇ ਮਾਡਲ ਤਿਆਰ ਕਰਦੇ ਨੇ ਕਿ ਜਿਨ੍ਹਾਂ ਨੂੰ ਲੰਡਨ ਦੇ ਵਿੱਚ ਵੀ ਜਿਹੜੇ ਆ ਮਿਊਜ਼ੀਅਮ ਦੇ ਵਿੱਚ ਰੱਖਿਆ ਜਾਂਦਾ ਹੈ ਐਸੇ ਤਿਆਰ ਕਰਦੇ ਨੇ ਹੋ ਸਕਦਾ ਤੁਹਾਡੀ ਅੱਜ ਹੇਲਾ ਸ਼ਹਿਰੀ ਦੇ ਨਾਲ ਇਹ ਵੀਰਾ ਵੀ ਉਸ ਮੁਕਾਮ ਤੱਕ ਪਹੁੰਚ ਜਾਏ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਹੋਰ ਵੀਡੀਓਜ਼ ਸਮੇਂ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ